जैसे तो लेके चल रहे हैं केयरिंग एक्सेल इंडिया, जो कि फोर्थ फ्लोर पीपीएल बाईवाला चौंक लुधियाना विखे स्थित है। साइट में थोड़े जीएम सुखदेव सिंह जी ने गलबात की, जिन्होंने एक इनिशिएटिव लिया है, अगर किसी बच्चे ने फार्मेसी की है, नर्सिंग की है, डॉक्टरी की है या फिजियोथेरेपिस्ट है, तब बाहर जाने लिए कला आईलेट्स ही रास्ता नहीं है, बल्कि उन्होंने एक और भी रास्ता है जिसका नाम है ओईटी, ऑक्यूपेशनल इंग्लिश टेस्ट। साई टीम ने गलबात करते हैं, सुखदेव सिंह जी ने दसिया कि ओईटी विच भी चार मॉड्यूल्स होंगे ने, अते इसकी स्टडी बिल्कुल उन्होंने स्टडी के रिलेटेड होंगी है, जो कि स्टूडेंट्स लिए बहुत ही लाहेवंद है। साई टीम ने इतने पढ़ रहे स्टूडेंट्स ने गलबात की, जिन्होंने केयरिंग एक्सल इंडिया की बेहद तारीफ की। इतों का स्टाफ बहुत ही मेहनती के तजर्बेकार है। साई टीम ने स्टाफ मैंबरस नाल भी गलबात की। सो जेकर तुसी भी फार्मेसी, डॉक्टर, नर्स या फिजियोथेरेपिस्ट हो तो बाहर जाने का सपना रखते हो, तो आईएलटीएस सिर्फ एक रास्ता नहीं है, ओईटी तुहाडे लई बेस्ट प्लेटफॉर्म है। आओ लेके चलते तुहानू केयरिंग एक्सल इंडिया लुधियाना अते करदे हां गलबात ऑनर सुखदेव सिंह जी दे नाल। दर्शको पंजाब प्लस चैनल ते तुहाडा स्वागत है। अज असीं आए हां एक ऐसे शिक्षित कॉलेज ने एक इनिशिएटिव लिता कि असीं जो नर्सिस ने उन्हां नू बाहर भेजण दा जिहड़ा सिस्टम हैगा, जिद्दां ओह जांदियां बाहर उधर जाके उन्होंने एग्जाम जोड़े है बड़े औखे लगते हैं, वो एग्जाम की तैयारी कराने के लिए ओईटी के जोड़ा तैयारी कराने लिए वीर जी होर ने एक इनिशिएटिव लिता। आप मिल रहे हैं वीर जी, स्वागत है तुहाडा साडे स्पैशल शो च। बहुत बहुत धन्यवाद जी, तुसीं इत्थे आए और सब जानकारी शेयर करने वास्ते बैठे। वीर जी किदां तुसीं एक इस फील्ड किदां आए और किवें अज थोड़े जिहे समय दे विच, जिद्दां तुसीं दस रहे हो कि बहुत रीसेंटली तुसीं इस फील्ड च आए और ਸੈਂਕੜੇ ਬੱਚੇ ਜਿਹੜੇ ਹੈਗੇ ਆ ਉਹ ਇਸ ਤੋਂ ਫਾਇਦਾ ਉਠਾ ਗਏ। ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਪੰਜਾਬ ਦੀ ਜਿਹੜੀ ਜਨਰੇਸ਼ਨ ਹੈਗੀ ਹੈ, ਘੱਟ ਤੋਂ ਘੱਟ ਅਗਰ ਨਰਸਾਂ ਦੀ ਗੱਲ ਕਰੀਏ, ਨਰਸਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ, ਲੇਕਿਨ ਉਹਨਾਂ ਨੂੰ ਆਪਣੀ ਜਿਹੜੀ ਵੈਲਿਊ ਹੈਗੀ ਉਹਦਾ ਬਾਰੇ ਪਤਾ ਨਹੀਂ ਲੱਗ ਪਾ ਰਿਹਾ। ਜੇ ਆਪਾਂ ਫੋਰਨ ਦੀ ਗੱਲ ਕਰੀਏ ਤਾਂ ਬਹੁਤ ਹੀ ਡਿਮਾਂਡ ਹੈਗੀ ਹੈ, ਲੇਕਿਨ ਦਿੱਕਤ ਇਹ ਹੈ ਕਿ ਨਰਸਾਂ ਨੂੰ ਸਹੀ ਰਾਸਤਾ ਜਿਹੜਾ ਹੈਗਾ ਉਹ ਦੱਸਣਾ ਬਹੁਤ ਜ਼ਰੂਰੀ ਸਾਡੇ ਵਾਸਤੇ। ਹੁਣ ਤੱਕ ਨਰਸਾਂ ਨੂੰ ਸਿਰਫ ਇੰਨਾ ਪਤਾ ਹੈਗਾ ਕਿ ਬਾਹਰ ਜਾਣ ਵਾਸਤੇ ਆਪਣੇ ਕੋਲ ਇੱਕ ਰਾਹ ਹੈਗਾ, ਸਿਰਫ ਆਈਲੈਟਸ। ਹਰ ਗਲੀ ਮਹੱਲੇ 'ਚ ਆਇਲ ਸੈਂਟਰ ਖੁੱਲ੍ਹੇ ਹੋਏ ਨੇ, ਜਾਣੇ ਕਿੰਨੇ ਲੋਕ ਉਹਨੂੰ ਸਿਰਫ ਆਇਲਸ ਹੀ ਕਰਨ ਵਾਸਤੇ ਬੈਠੇ ਨੇ। ਲੇਕਿਨ ਇੱਕ ਗੱਲ ਹੈਗੀ ਵੀ ਜਿਹੜੇ ਨਰਸਿੰਗ ਜਿਹੜੇ ਕਰਦੇ ਨੇ, ਹੈਲਥ ਪ੍ਰੋਫੈਸ਼ਨ ਲੋਕ ਨੇ ਜਿਹੜੇ ਹੈਲਥ ਸੈਕਟਰ ਤੋਂ ਬਿਲੋਂਗ ਕਰਦੇ ਨੇ, ਉਹਨਾਂ ਵਾਸਤੇ ਆਇਲਟਸ ਹੀ ਇਕੱਲਾ ਸਕੋਪ ਨਹੀਂ ਹੈ ਬਾਹਰ ਜਾਣ ਵਾਸਤੇ। ਉਹਨਾਂ ਵਾਸਤੇ ਇੱਕ ਹੋਰ ਰਾਹ ਹੈਗਾ, ਜ਼ਰੀਆ ਹੈਗਾ, ਜਿਹੜਾ ਕਿ ਓਈਟੀ, ਓਕੂਪੇਸ਼ਨਲ ਇੰਗਲਿਸ਼ ਟੈਸਟ। ਓਕੂਪੇਸ਼ਨਲ ਇੰਗਲਿਸ਼ ਟੈਸਟ ਜਿਹੜਾ ਹੈਗਾ, ਇਹ ਟੈਸਟ ਹੈ ਬੇਸਿਕਲੀ ਸਿਰਫ ਔਰ ਸਿਰਫ ਹੈਲਥ ਕੇਅਰ ਪ੍ਰੋਫੈਸ਼ਨ ਵਾਸਤੇ। ਜੇ ਕਿਸੇ ਬੱਚੇ ਨੇ ਫਾਰਮੇਸੀ ਕੀਤੀ ਹੈ, ਨਰਸਿੰਗ ਕੀਤੀ ਹੈ, ਡਾਕਟਰੀ ਕੀਤੀ ਹੈ, ਫਿਜ਼ੀਓਥੈਰੇਪਿਸਟ ਹੈ, ਉਹ ਉਹਨਾਂ ਦੀ ਲਾਈਨ ਜਿਹੜੀ ਹੈਗੀ ਹੈ ਉਸ ਲਾਈਨ ਦੇ ਰਿਲੇਟਡ ਆਪਣਾ ਕੋਰਸ ਕਰੇ, ਜਿਹਨੂੰ ਆਪਾਂ ਕਹਿੰਦੇ ਹਾਂ ਓਈਟੀ। ਜਿੱਦਾਂ ਕਿ ਸਿਰਫ ਆਇਲਸ ਵਿੱਚ ਆਪਣੇ ਚਾਰ ਬੈਂਡਸ ਹੁੰਦੇ ਨੇ, ਚਾਰ ਮੈਡਿਊਲਸ ਬਣਾਏ ਜਾਂਦੇ ਨੇ, ਲਿਸਨਿੰਗ, ਰਾਈਟਿੰਗ, ਰੀਡਿੰਗ ਅਤੇ ਸਪੀਕਿੰਗ, ਠੀਕ ਉਸੇ ਤਰ੍ਹਾਂ ਹੀ ਆਪਣਾ ਓਈਟੀ ਵਿੱਚ ਵੀ ਚਾਰ ਮੈਡਿਊਲਸ ਹੁੰਦੇ ਨੇ, ਲਿਸਨਿੰਗ, ਰਾਈਟਿੰਗ, ਸਪੀਕਿੰਗ ਅਤੇ ਰੀਡਿੰਗ, ਸੇਮ ਉਹੀ ਚੀਜ਼ ਹੈ। ਲੇਕਿਨ ਫਰਕ ਇੱਥੇ ਆਉਂਦਾ ਹੈ ਕਿ ਆਇਲਸ ਵਿੱਚ ਕੀ ਹੈ ਕਿ ਜੇ ਮੰਨ ਲਓ ਕਿਸੇ ਬੰਦੇ ਨੇ ਐਮ ਬੀ ਏ ਕੀਤੀ ਹੈ, ਕੋਈ ਇੰਜੀਨੀਅਰ ਹੈ ਜਿਹੜਾ ਬਾਹਰ ਜਾਣਾ ਚਾਹੁੰਦਾ ਹੈ, ਉਹ ਆਇਲਸ ਕਰੇ। ਲੇਕਿਨ ਜੇ ਕੋਈ ਨਰਸ ਹੈਗੀ ਜਿਹਨੇ ਬਾਹਰ ਜਾਣਾ, ਉਹ ਓਈਟੀ ਕਰੇ। ਮੈਂ ਤਾਂ ਕਹਿ ਰਿਹਾ ਓਈਟੀ ਕਰਨ ਵਾਸਤੇ ਕਿਉਂਕਿ ਓਈਟੀ ਵਿੱਚ ਜਿਹੜੇ ਮੈਡਿਊਲਸ ਨੇ, ਜਿਹੜੇ ਕੁਸ਼ਚਨ ਪੁੱਛੇ ਜਾਂਦੇ ਨੇ, ਉਹ ਸਿਰਫ ਔਰ ਸਿਰਫ ਉਹ ਕੁਸ਼ਚਨ ਪੁੱਛੇ ਜਾਂਦੇ ਨੇ ਜਿਹੜੇ ਕਿ ਹੈਲਥ ਰਿਲੇਟਡ ਤੋਂ ਹੁੰਦੇ ਨੇ। ਜਿੱਦਾਂ ਐਗਜ਼ਾਮਪਲ ਤੌਰ 'ਤੇ ਗੱਲ ਕਰੀਏ, ਇੱਕ ਨਰਸ ਹੈਗੀ ਹੈ, ਉਹਨੇ ਆਪਣੇ ਬੀ ਐੱਸ ਸੀ ਕੀਤੀ ਹੈ, ਜੀ ਐੱਨ ਐੱਮ ਕੀਤੀ ਹੈ, ਉਹਦੇ ਵਿੱਚ ਉਹਨੇ ਡਾਕਟਰੀ ਲਾਈਨ ਸਿੱਖੀ ਹੈ। ਇੱਕ ਪੇਸ਼ੈਂਟ ਨੂੰ ਕਿੱਦਾਂ ਗੱਲਬਾਤ ਕਰਨੀ ਹੈ, ਡਿਸਚਾਰਜ ਸਮਰੀ ਕਿੱਦਾਂ ਬਣਾਉਣੀ ਹੈਗੀ ਹੈ, ਡਾਕਟਰ ਨੂੰ ਕਿੱਦਾਂ ਲੈਟਰਸ ਲਿਖਣੇ ਨੇ, ਠੀਕ ਓਈਟੀ ਵਿੱਚ ਇਸ ਤਰ੍ਹਾਂ ਦੇ ਕੁਸ਼ਚਨ ਸਵਾਲ ਪੁੱਛੇ ਜਾਂਦੇ ਨੇ ਪੇਪਰ ਵਿੱਚ। ਨੈਚੁਰਲ ਗੱਲ ਹੈ, ਜੇ ਇਸ ਲਾਈਨ ਤੋਂ ਜੇ ਮੈਂ ਪੜ੍ਹਿਆ ਹੋਇਆ, ਜੇ ਉਸ ਰਿਲੇਟਡ ਤੋਂ ਕੋਈ ਕੁਸ਼ਚਨ ਪੁੱਛੇਗਾ ਤਾਂ ਮੇਰਾ ਕੌਨਫੀਡੈਂਸ ਲੈਵਲ ਹਮੇਸ਼ਾ ਹਾਈ ਰਹੇਗਾ। ਅਤੇ ਜੇ ਆਪਣਾ ਕੌਨਫੀਡੈਂਸ ਹਾਈ ਹੈਗਾ ਤਾਂ ਤੁਸੀਂ ਅੱਧਾ ਘੰਟਾ ਉਸ ਟੋਪਿਕ 'ਤੇ ਉੱਪਰ ਆਰਾਮ ਨਾਲ ਗੱਲ ਕਰ ਸਕਦੇ ਹੋ। ਅਤੇ ਆਇਲਸ ਓਈਟੀ ਹੁੰਦਾ ਕੀ ਹੈ, ਇਹੀ ਚੀਜ਼ ਹੈ, ਤੁਹਾਡਾ ਕੌਨਫੀਡੈਂਸ ਨਾਪਿਆ ਜਾਂਦਾ। ਜੇ ਤੁਹਾਨੂੰ ਪਤਾ ਹੈ ਤੁਸੀਂ ਬੋਲਣਾ ਕੀ ਹੈ, ਇੱਥੇ ਆ ਕੇ ਤੁਹਾਨੂੰ ਸਿਰਫ ਅਸੀਂ ਫਰੇਮ ਕਰਦੇ ਹਾਂ, ਤੁਹਾਨੂੰ ਉਹਨੂੰ ਪੋਲਿਸ਼ ਕਰਦੇ ਹਾਂ। ਤੁਹਾਨੂੰ ਪਤਾ ਹੈ ਤੁਸੀਂ ਬੋਲਣਾ ਕੀ ਹੈ, ਲੇਕਿਨ ਕਿਸ ਤਰੀਕੇ ਨਾਲ ਬੋਲਣਾ ਹੈਗਾ ਉਹ ਉੱਥੇ ਸਿਖਾਇਆ ਜਾਂਦਾ ਓਈਟੀ ਵਿੱਚ। ਓਈਟੀ ਵਿੱਚ ਜਦੋਂ ਰਾਈਟਿੰਗ ਮੈਡੀਕਲ ਹੁੰਦਾ ਹੈ, ਤੁਸੀਂ ਡਿਸਚਾਰਜ ਸਮਰੀ ਡਾਕਟਰ ਨੂੰ ਲਿਖ ਕੇ ਦਿੰਦੇ ਹੋ, ਇੱਕ ਲੈਟਰ ਲਿਖ ਕੇ ਦਿੰਦੇ ਹੋ। ਅਸੀਂ ਓਈਟੀ ਵਿੱਚ ਇੱਥੇ ਸਿਖਾਉਣਾ ਕੀ ਹੈ, ਤੁਹਾਨੂੰ ਉਹਨੂੰ ਹੀ ਕਿਸ ਤਰ੍ਹਾਂ ਤੁਸੀਂ ਫਰੇਮ ਕਰਕੇ ਅੱਗੇ ਪੇਸ਼ ਕਰਨਾ, ਉਹ ਓਈਟੀ ਵਿੱਚ ਸਿਖਾਇਆ ਜਾਂਦਾ। ਵੀਰ ਜੀ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ, ਕਿੰਨਾ ਕੁ ਮਤਲਬ ਇਹ ਕਿੰਨਾ ਕੁ ਟਾਈਮ ਦਾ, ਜਿੱਦਾਂ ਆਪਾਂ ਆਈਲੈਟਸ ਦੀ ਗੱਲ ਕਰ ਲਈਏ ਕਿ ਜਿਹੜੇ ਸ਼ਾਈਨਿੰਗ ਬੱਚੇ ਹੁੰਦੇ ਆ ਉਹ 2-3 ਮਹੀਨਿਆਂ 'ਚ ਹੀ ਕਵਰ ਕਰ ਜਾਂਦੇ ਹੈਗੇ ਆ, ਔਰ ਜਿੱਦਾਂ ਤੁਸੀਂ ਦੱਸਿਆ ਬੜਾ ਇੰਟਰਸਟਿੰਗ ਹੈ ਇਹ ਚੀਜ਼ ਦਰਸ਼ਕੋ, ਕਿ ਅਗਰ ਜਿਹੜੇ ਹੈਲਥ ਪ੍ਰੋਫੈਸ਼ਨਲਸ ਹੈਗੇ ਨੇ ਜਿਹੜੇ ਇਮੀਗ੍ਰੇਸ਼ਨ ਦੀ ਦੇ ਵਿੱਚ, ਜਿੱਦਾਂ ਵੀਰ ਜੀ ਨੇ ਦੱਸਿਆ ਕਿ ਆਈਲੈਟਸ ਕਰ ਰਹੇ ਨੇ, ਉਹਨਾਂ ਨੂੰ ਆਈਲੈਟਸ ਦੀ ਥਾਂ 'ਤੇ ਓਈਟੀ ਜਿਹੜਾ ਉਹਨਾਂ ਦਾ ਆਪਣਾ ਸਬਜੈਕਟ ਹੈ ਜਿਹਦੇ ਵਿੱਚ ਤੁਸੀਂ ਉਹ ਮੈਡੀਕਲ ਟਰਮਸ ਹੀ ਹੈਗੇ ਆ ਜਿੱਦਾਂ ਵੀਰ ਜੀ ਨੇ ਦੱਸਿਆ, ਕੀ ਕਹਿਣਾ ਚਾਹੋਗੇ ਜੀ ਇਹ ਕਿੰਨੇ
ਟਾਈਮ ਦਾ ਜਿਹੜਾ ਪ੍ਰੋਸੀਜਰ ਹੈਗਾ ਜਿਹਦੇ ਵਿੱਚ ਬੰਦਾ ਜਿਹੜਾ ਪਰਿਪੱਕ ਹੋ ਜਾਂਦਾ, ਔਰ ਕੀ ਇਹਦੇ ਜਿਹੜੇ ਫੀਸਿਸ ਹੈਗੀਆਂ ਉਹ ਉਹਦੇ ਨਾਲ ਮਿਲਦੀਆਂ ਜੁਲਦੀਆਂ ਹੈ ਕਿ ਬਹੁਤ ਜ਼ਿਆਦਾ ਮਤਲਬ ਮਹਿੰਗਾ ਅਗਲੇ ਨੂੰ ਇਹ ਲੱਗਦਾ? ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਇਨਫੋਰਮ ਕੀਤਾ ਹੁਣੇ ਕਿ ਜਿਹੜਾ ਆਇਲਸ ਹੈ ਉਹਦੀ ਅਵੇਅਰਨੈਸ ਬਹੁਤ ਜ਼ਿਆਦਾ ਹੈ, ਲੇਕਿਨ ਅੱਜ ਆਪਾਂ ਅਗਰ ਗੱਲ ਕਰੀਏ ਤਾਂ ਹਜੇ ਵੀ ਪੰਜਾਬ ਵਿੱਚ ਸਿਰਫ ਔਰ ਸਿਰਫ 2-5% ਨਰਸਾਂ ਨੂੰ ਪਤਾ ਹੈ ਕਿ OAT ਹੁੰਦਾ ਕੀ ਹੈ, ਉਹਦੇ 'ਚ ਕਿਹੜੇ ਕਿਹੜੇ ਮੈਡੀਕਲਸ ਅਵੇਲੇਬਲ ਨੇ, ਉਹਨੂੰ ਕਿੱਦਾਂ ਆਪਾਂ ਪਾਸ ਆਊਟ ਕਰ ਸਕਦੇ ਹਾਂ। OAT ਵਿੱਚ ਕੀ ਹੈਗਾ ਕਿ ਖਰਚਾ ਕੁਝ ਜ਼ਿਆਦਾ ਨਹੀਂ ਹੈ, ਨੋਮੀਨਲ ਜੀ ਫੀਸ ਹੁੰਦੀ ਹੈ। ਇਹਦੇ ਵਿੱਚ ਵੀ ਤੁਸੀਂ ਸਿਰਫ ਔਰ ਸਿਰਫ 1-2 ਮਹੀਨੇ ਦੇ ਵਿੱਚ ਆਪਣੇ ਆਪ ਨੂੰ ਟ੍ਰੇਨ ਕਰਕੇ ਬਾਹਰ ਦਾ OAT ਕਰ ਸਕਦੇ ਹੋ, ਬਾਹਰ ਜਾਣ ਦਾ ਜਿਹੜਾ ਰਸਤਾ ਉਹਨੂੰ ਖੋਲ੍ਹ ਸਕਦੇ ਹੋ। ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਹੈ ਕਿ ਜੇ ਤੁਸੀਂ ਨਰਸਿਸ ਕੀਤੀ ਹੋਈ ਹੈ ਤੁਹਾਨੂੰ ਪਤਾ ਹੈ ਕਿ ਇੱਕ ਪੇਸ਼ੈਂਟ ਨਾਲ ਕਿੱਦਾਂ ਡੀਲਿੰਗ ਕਰਨੀ ਹੈ। ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ ਤੁਹਾਡੇ ਕੋਲ ਕੋਈ ਪੇਸ਼ੈਂਟ ਆਇਆ ਹੋਸਪਿਟਲ 'ਚ, ਇੱਕ ਨਰਸ ਨੂੰ ਪਤਾ ਹੈ ਕਿ ਉਹਨੂੰ ਕਿੱਦਾਂ ਗੱਲ ਕਰਨੀ ਹੈ, ਕੀ ਪੁੱਛਣਾ ਹੈ, ਕਿੱਦਾਂ ਮੈਡੀਸਿਨ ਦੇਣੀ ਹੈ ਉਹਨੂੰ, ਕੀ ਚੀਜ਼ ਲਿਖਣੀ ਉਹਦੇ ਬਾਰੇ ਡਾਕਟਰ ਨੂੰ ਇਨਫੋਰਮ ਕਰਨੀ ਹੈ, ਇਹ ਚੀਜ਼ਾਂ ਤਾਂ ਆਪਾਂ OAT ਵਿੱਚ ਲਿਖਣੀਆਂ ਨੇ। ਲੇਕਿਨ ਜੇ ਤੁਸੀਂ ਆਪਣਾ OAT ਦਾ ਹੀ ਪੇਪਰ ਕਰਦੇ ਹੋ ਤਾਂ ਉਹ ਚੀਜ਼ ਕਰੋ ਜਿਹੜੀ ਤੁਹਾਡੇ ਲਾਈਨ ਦੀ ਹੈਗੀ ਹੈ, ਤੁਸੀਂ ਆਪਣਾ ਸਮਾਂ ਅਲੱਗ IELTS ਵਿੱਚ ਜਾ ਕੇ ਬਰਬਾਦ ਨਾ ਕਰੋ ਔਰ ਉਹ ਚੀਜ਼ ਕਰੋ ਜਿਹੜੀ ਤੁਹਾਨੂੰ ਚਾਹੀਦੀ ਹੈ। ਸਰ, ਜਿਹੜੇ ਪੰਜਾਬ ਦੇ ਨਰਸਿੰਗ ਕਾਲਜਿਸ ਨੇ ਉਹ ਵੀ ਬਹੁਤ ਮਤਲਬ ਇਸ ਚੀਜ਼ ਨਾਲ ਉਹਨਾਂ ਦਾ ਮਾਇੰਡ ਹੈ ਕਿ ਅਸੀਂ ਵੀ ਇਸ ਚੀਜ਼ ਨੂੰ ਅਟੈਚ ਕਰੀਏ ਆਪਣੇ ਨਾਲ। ਅਗਰ ਤੁਹਾਨੂੰ ਪੰਜਾਬ ਦੇ ਜਿਹੜੇ ਕਾਲਜਿਸ ਹੈਗੇ ਆ ਕੰਡਕਟ ਕਰਨਾ ਚਾਹੁਣ, ਤੁਹਾਡੇ ਲੈਕਚਰ ਕਰਾਉਣਾ ਚਾਹੁਣ, ਤੁਹਾਡੇ ਸੈਮੀਨਾਰਸ ਕਰਾਉਣਾ ਚਾਹੁਣ, ਤਾਂ ਜਿਹੜੇ ਇਸ ਚੈਨਲ ਦੇ ਮਾਧਿਅਮ ਤੇ ਜਿਹੜੇ ਵੀ ਲੋਕਾਂ ਕੋਲ ਪਹੁੰਚ ਰਿਹਾ, ਕੀ ਉਹ ਤੁਹਾਨੂੰ ਕੰਡਕਟ ਕਰ ਸਕਦੇ ਨੇ ਔਰ ਸੈਮੀਨਾਰ ਤੁਹਾਡੇ ਤੁਸੀਂ ਉੱਥੇ ਜਾ ਕੇ ਵੀ ਕੰਡਕਟ ਕਰ ਸਕਦੇ ਹੋ? ਅੱਜ ਅਸੀਂ ਪਾਰਕ ਪਲਾਜ਼ਾ ਹੋਟਲ ਦੀ 4th floor ਤੇ ਬੈਠੇ ਹਾਂ ਤੁਹਾਡੇ ਨਾਲ, ਔਰ ਅਗਰ ਉਹ ਚਾਹੁਣ ਕਿ ਤੁਸੀਂ ਉਹਨਾਂ ਦੇ ਪਰਮਿਸ਼ਨ ਜਾ ਕੇ ਥੋੜ੍ਹਾ ਗਾਈਡ ਕਰ ਦਿਓ, ਉਹ ਵੀ ਹੋ ਜਾਓ। ਡੈਫੀਨੇਟਲੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਜਿਹੜਾ ਹੈਗਾ ਉਹਨੂੰ ਅਵੇਅਰਨੈਸ ਆਵੇ, ਜਿਹੜੇ ਰਾਹ ਹੈਗਾ ਉਹਨਾਂ ਵਾਸਤੇ ਨਰਸਿਸ ਨੂੰ ਜੇ ਆਪਾਂ ਗਾਈਡ ਕਰ ਸਕੀਏ ਕਿ ਕਿਹੜੀ ਚੀਜ਼ ਚੰਗੀ ਹੈ ਤੁਹਾਡੇ ਵਾਸਤੇ, ਕਿਹੜੀ ਮਾੜੀ ਹੈ, ਤਾਂ ਇਸ ਤੋਂ ਵਧੀਆ ਗੱਲ ਸਾਡੇ ਵਾਸਤੇ ਕੋਈ ਹੋਰ ਨਹੀਂ ਹੋ ਸਕਦੀ। ਅਸੀਂ ਚਾਹੁੰਦੇ ਹਾਂ ਕਿ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਅਵੇਅਰ ਕਰੀਏ ਕਿ ਜੇ ਤੁਸੀਂ ਪੈਸਾ ਲਾਉਣਾ ਹੈਗਾ ਹੈ ਉਸ ਥਾਂ 'ਤੇ ਲਾਓ ਜਿਹੜਾ ਤੁਹਾਡੇ ਆਪਣੇ ਲਾਈਨ ਦਾ ਕਰ ਲਓ। ਤੁਸੀਂ ਆਇਲਸ ਵਿੱਚ ਕੁਐਸਚਨ ਕੋਈ ਵੀ ਪੁੱਛੇ ਜਾਂਦੇ ਨੇ, ਜਿੱਦਾਂ ਤੁਹਾਨੂੰ ਪਤਾ ਹੈ ਤੁਹਾਨੂੰ ਆਇਲਸ ਕਿੱਦਾਂ ਦੇ ਕੁਐਸਚਨ ਹੁੰਦੇ ਨੇ। ਮੰਨ ਲਓ ਤੁਸੀਂ ਕੋਈ ਜ਼ੂ ਘੁੰਮਣ ਜਾ ਰਹੇ ਹੋ, ਤੁਹਾਨੂੰ ਪੁੱਛਿਆ ਜਾਏਗਾ ਵੀ ਤੁਸੀਂ ਉੱਥੇ ਕੀ ਦੇਖਿਆ, ਉਹਦੇ ਬਾਰੇ ਇੱਕ ਲੈਟਰ ਲਿਖ ਕੇ ਦਿਓ। ਤੁਸੀਂ ਕਿਸੇ ਬੰਦੇ ਨੂੰ ਮਿਲੇ ਹੋ, ਤੁਸੀਂ ਉਹਨਾਂ ਕੀ ਅੱਛਾ ਲੱਗਿਆ, ਕਿੱਦਾਂ ਮਾੜਾ ਲੱਗਿਆ, ਤੁਸੀਂ ਉਹਦੇ ਬਾਰੇ ਸਪੀਕਿੰਗ ਕਰੋ। ਜਿਹੜਾ ਤੁਹਾਡਾ ਟੋਪਿਕ ਹੈਗਾ ਕਿ ਤੁਸੀਂ ਪੇਸ਼ੈਂਟ ਨਾਲ ਕਿੱਦਾਂ ਡੀਲਿੰਗ ਕੀਤੀ, ਕਿਹਦੇ ਨਰਸਿਸ ਨਾਲ ਕਿੱਦਾਂ ਤੁਸੀਂ ਲੈਟਰ ਲਿਖਿਆ ਕਮਿਊਨਿਟੀ ਹੈਲਥ ਵਰਕਰ ਨੂੰ, ਤੁਹਾਨੂੰ ਕੋਈ ਪ੍ਰੋਬਲਮ ਹੈ ਉਹਦੇ ਬਾਰੇ ਡਿਸਕਸ ਕੀਤੀ ਹੈ, ਤੁਸੀਂ ਉਹਦਾ ਪੇਪਰ ਦਿਓ। ਅਤੇ ਇਹ ਜਾਣਕਾਰੀ ਦੇਣ ਵਾਸਤੇ ਜੇ ਕਾਲਜ ਸਾਨੂੰ ਕੋਈ ਬੁਲਾਉਂਦਾ ਹੈ ਤਾਂ ਡੈਫੀਨੇਟਲੀ ਅਸੀਂ ਜਾਵਾਂਗੇ ਔਰ ਉਹਨਾਂ ਨੂੰ ਅਵੇਅਰ ਵੀ ਕਰਕੇ। ਦੇਖੋ ਸਾਡਾ ਸਰ ਬਣੇ ਹੋਏ, ਸਰ ਤੁਹਾਨੂੰ ਦੱਸੋ ਕਿ ਇਹਦੇ ਵਿੱਚ ਜਿਹੜਾ ਹੈਗਾ ਇੰਗਲਿਸ਼ ਦਾ ਕਿੰਨਾ ਕੁ ਰੋਲ ਹੈਗਾ, ਔਰ ਕੀ ਇਹ ਜਿਹੜੇ ਇੱਕ ਤਾਂ ਤੁਸੀਂ ਦੱਸਿਆ ਕਿ ਨਰਸਿੰਗ ਵਾਲੇ ਸਟੂਡੈਂਟਸ, ਇੱਕ ਡੀ ਫਾਰਮੇਸੀ ਵਾਲੇ, ਬੀ ਫਾਰਮੇਸੀ ਵਾਲੇ, ਫਿਜੀਓਥੈਰੇਪੀ ਵਾਲੇ, BDS ਡਾਕਟਰਸ, MBBS ਡਾਕਟਰਸ, ਜਿਹੜੇ ਵੀ ਜਾਣਾ ਚਾਹੁੰਦੇ ਹੈਗੇ ਆ ਉਹਨਾਂ ਸਾਰਿਆਂ ਦੇ ਲਈ ਮਤਲਬ ਇਹ ਕੋਰਸ ਜਿਹੜਾ ਹੈਗਾ ਅਵੇਲੇਬਲ ਹੈਗਾ? ਉਹ ਬੱਚੇ ਜਿਹੜੇ ਬਾਹਰ ਜਾ ਕੇ ਵਰਕ ਪਰਮਿਟ ਲੈਣਾ ਚਾਹੁੰਦੇ ਨੇ, ਬਾਹਰ ਜਾ ਕੇ ਜੋਬ ਕਰਨਾ ਚਾਹੁੰਦੇ ਨੇ, ਉਹ ਆਪਣਾ GNM ਜਾਂ BSc ਕਰਨ ਤੋਂ ਬਾਅਦ OAT ਦਾ ਕੋਰਸ ਕਰਨ ਔਰ ਉਹਨਾਂ ਨੂੰ ਡਾਇਰੈਕਟ ਬਾਹਰ ਜਾ ਕੇ ਉਹਨਾਂ ਨੂੰ ਉੱਥੇ ਫੈਸਿਲਿਟੀ ਮਿਲ ਜਾਂਦੀ ਹੈ ਵਰਕ ਕਰਨ ਦੀ OAT ਕਰਨ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ। ਸਾਨੂੰ ਦੱਸੋ ਕਿ ਜਿੱਦਾਂ ਇੰਗਲਿਸ਼ ਦਾ ਵਿੱਚ ਕਿੰਨਾ ਕੁ ਰੋਲ ਰਹਿੰਦਾ, ਕਿਉਂਕਿ ਨੋ ਡਾਊਟ ਕਿ ਜਿਹੜੇ ਬੰਦੇ ਆਪਣੇ ਨਰਸਿੰਗ ਜਿਹਨਾਂ ਦੀ ਕੀਤੀ ਹੈ ਇੰਗਲਿਸ਼ ਦੇ ਵਿੱਚ ਹੀ ਸਾਰੇ ਕੋਰਸਿਸ ਹੈਗੇ ਆ, ਜਿਹਨਾਂ ਨੇ ਫਿਜੀਓਥੈਰੇਪੀ ਕੀਤੀ ਉਹ ਵੀ ਇੰਗਲਿਸ਼ ਪਰਿਪੱਕ ਹੁੰਦੇ ਆ, ਕਿਉਂਕਿ ਇਹ ਤੋਂ ਬਿਨਾਂ ਵੀ ਐਕਸਟਰਾ ਥੋੜ੍ਹਾ ਜਿਹਾ ਇੰਗਲਿਸ਼ ਦੇ ਵਿੱਚ ਉਹਦਾ ਮਾਈਂਡਸੈਟ ਚਾਹੀਦਾ। ਦੇਖੋ OAT ਦਾ ਫੁੱਲ ਫਾਰਮ ਹੀ ਆ ਓਕੂਪੇਸ਼ਨਲ ਇੰਗਲਿਸ਼ ਟੈਸਟ, ਰਾਈਟ? ਹੈ ਬੇਸਿਕਲੀ ਇੰਗਲਿਸ਼ ਹੀ ਹੈ, ਲੇਕਿਨ ਇਹ ਇੰਗਲਿਸ਼ ਉਹ ਹੈਗੀ ਜਿਹੜਾ ਤੁਸੀਂ ਸਟੱਡੀ ਕੀਤੀ ਹੈ ਉਹਦੇ ਰਿਲੇਟਡ। ਟੈਕਨੀਕਲ ਹੈਗੀ ਹੈ, ਇੱਕ ਇਟਸ ਐਨ ਆਪਾਂ ਕਹਿ ਸਕਦੇ ਹਾਂ ਇਟਸ ਅ ਟੈਕਨੀਕਲ ਇੰਗਲਿਸ਼, ਜਿਹੜਾ ਆਪਾਂ ਹੈਗੇ ਆਪਾਂ ਨੋਰਮਲ ਬੰਦੇ ਆਪਾਂ ਗੱਲ ਕਰ ਸਕਦੇ ਹਾਂ, ਲੇਕਿਨ ਜਿਹੜੀ ਡਾਕਟਰੀ ਲਾਈਨ ਹੁੰਦੀ ਹੈ ਉਹਨਾਂ ਦੀ ਵਰਡਿੰਗ ਗੱਲ ਕਰਨ ਦਾ ਤਰੀਕਾ ਅਲੱਗ ਹੁੰਦਾ ਹੈ, ਜਿਹੜਾ ਉਹਨਾਂ ਨੂੰ ਪਤਾ ਜਿਹਨੂੰ ਆਪਾਂ ਟੈਕਨੀਕਲ ਵਰਡ ਕਹਿੰਦੇ ਹਾਂ। ਅਤੇ ਇਹ ਟੈਕਨੀਕਲ ਇੰਗਲਿਸ਼ ਹੀ ਹੈਗੀ ਹੈ ਜਿਹੜੇ ਕਿ ਸਿਰਫ ਔਰ ਸਿਰਫ ਨਰਸਿਸ ਜਿਹੜੀਆਂ ਨੇ ਜਾਂ ਡਾਕਟਰਸ ਨੇ ਉਹੀ ਸਮਝ ਸਕਦੇ ਨੇ, ਉਹੀ ਕਰ ਸਕਦੇ ਨੇ, ਤਾਂ ਹੀ ਇਹ ਟੈਸਟ ਸਿਰਫ ਔਰ ਸਿਰਫ ਉਹਨਾਂ ਵਾਸਤੇ ਬਣਾਇਆ ਗਿਆ। ਦਰਸ਼ਕੋ, ਨੀਚੇ ਫੋਨ ਨੰਬਰ ਚੱਲ ਰਹੇ ਨੇ ਔਰ ਅਸੀਂ ਚਾਹਾਂਗੇ ਕਿ ਜਿਹੜੇ ਬੱਚੇ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰੀਏ। ਸਰ, ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਔਰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਆਏ ਔਰ ਸਾਨੂੰ ਸਮਾਂ ਦਿੱਤਾ। ਥੈਂਕ ਯੂ ਸਰ। ਜਿਸ ਸਿੰਪਲ ਢੰਗ ਨਾਲ ਤੁਸੀਂ OAT ਦੇ ਵਿੱਚ ਇੰਗਲਿਸ਼ ਇੱਥੇ ਪੜ੍ਹਾ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਇਹ ਇੱਕ ਬੜਾ ਹੀ ਇੰਟਰਸਟਿੰਗ ਸਬਜੈਕਟ ਹੈਗਾ ਜਿਹਦੇ ਵਿੱਚ ਬੱਚਿਆਂ ਨੂੰ ਪੜ੍ਹ ਕੇ ਉਹ ਮੈਡੀਕਲ ਬੱਚਿਆਂ ਨੂੰ ਪੜ੍ਹ ਕੇ ਬੜਾ ਵਧੀਆ ਲੱਗਦਾ ਹੈਗਾ, ਕਿਉਂਕਿ ਉਹੀ ਟਰਮਸ ਨੇ ਔਰ ਉਹਨਾਂ ਟਰਮਸ ਨੂੰ ਆਪਾਂ ਉਹਨਾਂ ਨੂੰ ਇੱਕ ਤਰ੍ਹਾਂ ਉਹਨਾਂ ਦੇ ਅੰਦਰ ਜਿਹੜੀ ਚੀਜ਼ ਹੈਗੀ ਉਹਨੂੰ ਆਪਾਂ ਘੁਮਾਉਣਾ ਫਿਰਾਉਣਾ ਹੀ ਹੈ। ਜਿੱਦਾਂ ਪਹਿਲਾਂ ਇਹਨਾਂ ਨੇ ਜਿੱਦਾਂ ਆਈਲੈਂਡਸ ਵਾਲੇ ਜਿਹੜੇ ਹੈਗੇ ਆ ਉਹ ਕਰ ਦਿੰਦੇ ਵੀ ਗ੍ਰਾਮਰ ਨੂੰ ਉਹਨਾਂ ਨੇ ਹਿਲ ਜੁਲ ਜੀ ਕਰਾਉਣੀ ਹੈ, ਅਤੇ OAT ਦੇ ਵਿੱਚ ਆਪਾਂ ਮੈਡੀਕਲ ਟਰਮਸ ਨੂੰ ਕੀ ਕਹਿਣਾ ਚਾਹੋਗੇ? ਨਹੀਂ, ਬਿਲਕੁਲ ਠੀਕ ਕਹਿ ਰਹੇ ਤੁਸੀਂ। ਮੈਂ ਐਕਚੁਲੀ
उसी नू उन्होंने रिवाइज करके इनू अटैम्प्ट करना होंगे। तो द बेस्ट पार्ट जो है वो ईटी का ये थोड़ी जी इंग्लिश स्किल्स है बच्चे की जो भी स्टूडेंट की इंग्लिश स्किल्स है वो हॉस्पिटल सैटिंग के जो उन्होंने स्किल सैट चाहिए उन्होंने ही टैसट करता है। हम आइल्स की होंगे उन्होंने क्वेश्चन आउट ऑफ सिलेबस ही पूछ सकते यू नो पोलीटिकल सबजैक्ट से क्वेश्चन आ जाता राइटिंग यू नो समटाइम क्यू कार्ड आ जाता इकनोमिक्स के उत्ते सोशल लाइफ के उत्ते सैलैब्रिटीज उत्ते यू नो एक नर्सिंग प्रोफेसनल की असी स्किल सैट न माप नहीं सकते। बट ऑन द कॉन्ट्री जो ओईटी का टैसट है ये नर्सिंग प्रोफेसनल की बेसिकली स्किल सैट न नापता है ये राइट मापदंड है नापण का। तो मैं सोचता ओईटी जो है इट्स मच बैटर दैन आयल्स तो आई थिंक इट इज़ मच ईजियर दैन आयल्स एज वैल तो असं प्रूव करके दिखावे सब। और जिदा स्टूडेंट टीचर रेशो जी बड़ी घट रखी हुई है जिदे नाल कि तुसी बच्चियां दे नाल ग्रिप कर दे हो तुसी कहते क्वालिटी प्रोडक्ट असं इतने करना है ये नहीं कि क्वानिटी वधानी हैगी है थोड़े जे बच्चों लैके जिदा आप देख रहे हैं क्लास के सत्त अठ बच्चे ने दस बच्चे ने तुसी उन्हां नूं एक एक बच्चे दे पूरी तवज्जो दिंदे हो उन्हां दे नाल इंटरैक्शन करदे हो जिदे नाल बच्चों इदां लगदे तुसी ट्यूशन वर्क करके जाने और उन्हां नूं हरेक चीज़ ग्रिप होंदी। हाँ जी तुम बिल्कुल ठीक कह रहे हो एक्चुअली द स्टूडेंट्स टीचर रेशो आई थिंक हले भी ठीक है असी बेसिकली आल टाइम थोड़े होर अपने रेशो बतावे टीचर के अकॉर्डिंग हाउ एवर जो असी बच्चे की जो भी स्टूडेंट की जो भी क्वेरी होंगी असी पर्सनल लैवल से असी एड्रैस करते हैं जो भी टैक्नीक्स हैं चाहे वो रीडिंग है लिसनिंग है राइटिंग है स्पीकिंग है मॉड्यूल जो भी टैक्नीक है पेपर क्रैक करा दी असी वास्ते पर्सनलाइज कोचिंग देने वन टू वन टैक्नीक दसते हैं जिनका आई थिंक मैं स्टूडेंट्स में बहुत बड़ा एक अच्छी इंप्रूवमेंट देख रहा हूँ ते तुसी आने वाले समय उसका रिजल्ट भी देखो। गल कर रहे हो बच्चों के नाल जिहड़े अखां दे विच जिहड़ा हैगा वो सपना सजाई बैठे ने बाहर जाने का और ओईटी जिहड़ा एक इन्हां नूं नैटवर्क मिल रहा हैगा पढ़ाई का बेटा स्वागत है तुहाडा की कहना चाहोगे कदों दा तुसी इत्थे ज्वाइन कीता और किवें लग रहा है। सत श्री अकाल जी मेरा नाम जसविंदर कौर है मैं लास्ट मंथ ही इत्थे मैं ज्वाइन कीता है मेरा बहुत ज़्यादा इंप्रूवमेंट हुई है इंग्लिश स्किल्स ने मेरे वो इंप्रूवमेंट हुई है जबकि मेरे ओईटी का मेरा फिलहाल कुछ अटेंशन है नहीं सी क्योंकि इदा ही अपने इतने ज़्यादातर अब ना ही इंस्टीट्यूट है ना ही कोई टीचर है बेस्ट इस करके जो ज़्यादा करके स्टूडेंट नएगा जो चंडीगढ़ जा कि होर जाना पैंता सीगा तो मैंने भी इतों बारे पता लगे तो मैं लास्ट मंथ ही इतने ज्वाइन किया वा तो मैं वधिया लग रहा वा मेरे जो स्किल्स ने इंप्रूव हो रहे हैं तो नॉलेज है मेरी अगे बढ़ रही है ਕੀ ਕਹਿਣਾ ਚਾਹੋਗੇ ਕਿ ਇੰਟਰਸਟਿੰਗ ਜਿਹਾ ਸਬਜੈਕਟ ਲੱਗਦਾ ਕਿਉਂਕਿ ਮੈਡੀਕਲ ਦੇ ਨਾਲ ਹੀ ਅਟੈਚ ਹੈਗਾ ਕਿਉਂਕਿ ਜਦੋਂ ਟਰਮਸ ਆਉਂਦੀ ਹੈਗੀ ਉਹੀ ਸਾਡੇ ਨਾਲ ਅਟੈਚ ਟਰਮਸ ਆਉਂਦੀ ਹੈ ਤਾਂ ਸਾਨੂੰ ਵਧੀਆ ਲੱਗਦਾ। ਹਾਂਜੀ ਸਰ ਇੰਪਰੂਵਮੈਂਟ ਹੁੰਦੀ ਹੈਗੀ ਬਾਕੀ ਜੋ ਡਾਊਟਸ ਹੁੰਦੇ ਨੇਗੇ ਸਾਡੇ ਜੋ ਜੈਕਬ ਸਰ ਨੇ ਉਹ ਸਾਡੇ ਪ੍ਰੋਪਰ ਕਲੀਅਰ ਕਰਦੇ ਨੇਗੇ ਜੋ ਵੀ ਵਨ ਟੂ ਵਨ ਆ ਗਈ ਸਾਡੀ ਸਾਰੀ ਅਟੈਚਮੈਂਟ ਹੁੰਦੀ ਹੈ ਸਾਰੇ ਹਰ ਇੱਕ ਚੀਜ਼ ਨੂੰ ਸਾਡੀ ਨੂੰ ਕਲੀਅਰ ਕਰਦੇ ਨੇਗੇ। ਹਾਊ ਯੂ ਫੀਲਿੰਗ ਕਿਹਾ ਸਾ ਆਪਕੋ ਮਹਿਸੂਸ ਹੋ ਰਿਹਾ ਆਪ ਓਈਟੀ ਕੀ ਜੋ ਕਲਾਸਿਸ ਅਟੈਂਡ ਕਰੇ ਕਿਹਾ ਸਾ ਮਹਿਸੂਸ ਹੋ ਰਿਹਾ ਕਿਆ ਕਹਿਣਾ ਚਾਹੀਦਾ। सर आई फीलिंग गुड बिकॉज प्रीवियसली मैं आयल्स का दिता मैं काफ़ी डिफिकल्टीज आई बिकॉज एट दैट टाइम कोई इंस्टीट्यूट नहीं सी कि जेड़ा कि ओईटी की कोचिंग दे रहा है बट नाओ देखिए ओईटी कोचिंग आई थिंक इट इज़ अ बेस्ट एक्सपीरियंस फॉर मी एंड आई लर्न मोर दैन एक्सपैक्टड जिमें कि मैं थोड़े दिन ही होया लाइक वन वीक तो मैं वन वीक दे विच काफ़ी इंप्रूवमेंट्स की एक तो ओईटी साढ़े प्रोफेशन दे रिलेटेड ही है तो उहदे विच एक तो असी नॉलेज साड़ी इनक्रीज होंदी है तो अकॉर्डिंग टू मी एक बेस्ट टैसट हैगा टू गो फॉर अब्रॉड फॉर वर्क वीज़ा और फॉर स्टडी वीज़ा। ਬੜਾ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਜੈਕਬ ਸਾਰਾ ਜਿਹੜੇ ਉਹਨਾਂ ਦਾ ਪੜ੍ਹਾਉਣ ਦਾ ਸਟਾਈਲ ਵੀ ਇੱਦਾਂ ਦਾ ਕਿ ਉਹ ਬੜੇ ਮਜ਼ੇਦਾਰ ਢੰਗ ਨਾਲ ਪੜ੍ਹਾਉਂਦੇ ਆ ਜਿਹਦੇ ਨਾਲ ਸਾਨੂੰ ਇਹ ਸਬਜੈਕਟ 'ਚ ਇੰਟਰਸਟਿੰਗ ਜਿਹੜਾ ਹੈਗਾ ਲੱਗ ਜਾਂਦਾ ਹੋਰ। ਹਾਂਜੀ ਜੈਕਬ ਸਰ ਐਕਚੁਅਲੀ ਬਹੁਤ ਇੰਟਰਸਟ ਨਾਲ ਪੜ੍ਹਾਉਂਦੇ ਆ ਸਾਨੂੰ ਅਤੇ ਵਿੱਚ ਜਦੋਂ ਵੀ ਕੋਈ ਪ੍ਰੋਬਲਮ ਵੀ ਆਉਂਦੀ ਹੈ ਤਾਂ ਵੀ ਉਸਨੂੰ ਫਨ ਵੇ ਨਾਲ ਸੋਰਟ ਆਊਟ ਕਰਨ ਦੀ ਕੋਸ਼ਿਸ਼ ਕਰਦੇ ਆ ਰਾਧਾ ਨਾਲ ਕੋਈ ਉਹਨਾਂ ਨੂੰ ਪ੍ਰੈਸ਼ਰ ਨਾ ਪਾਉਣ ਦੀ ਬਜਾਏ ਸੋ ਉਹਨਾਂ ਦੀ ਜੋ ਵੀ ਟੀਚਿੰਗ ਹੈ ਉਸ ਤੋਂ ਅਸੀਂ ਸੈਟਿਸਫਾਈਡ ਹਾਂ। ਕੁੜੇ ਕੀ ਕਹਿਣਾ ਚਾਹੋਗੇ ਜਿਹੜੀ ਆਸ ਆਪਾਂ ਲਾਈ ਵੀ ਸੀਗੀ ਹੁਣ ਲੱਗਦਾ ਜਾ ਕੇ ਨੇੜੇ ਆ ਗਏ ਜਿੱਦਾਂ ਹੁਣ ਜੈਕਬ ਸਰ ਪੜ੍ਹਾ ਰਹੇ ਨੇ ਔਰ ਆਪਾਂ ਨੂੰ ਲੱਗ ਰਿਹਾ ਹੈ ਕਿ ਓਈਟੀ ਦੇ ਨਾਲ ਤਾਂ ਅਸੀਂ ਅਟੈਚ ਹੋਗੇ ਤਾਂ ਇਹ ਕੰਮ ਬਣ ਜਾਊਗਾ ਲੱਗਦਾ ਜਾ ਕੇ ਨੇੜੇ ਆ ਗਏ ਤੇ ਦਿਲ ਜਿਹਾ ਖੁਸ਼ ਹੁੰਦਾ। ਹਾਂਜੀ ਸਰ ਪੋਜ਼ਿਟਿਵ ਫੀਲਿੰਗ ਆ ਰਹੀ ਆ ਵੇ ਆਫ ਟੀਚਿੰਗ ਸਰ ਦਾ ਬਹੁਤ ਵੱਡਾ ਮੈਥਡਸ ਬਹੁਤ ਵਧੀਆ ਨੇ ਜਿਹੜੇ ਪੜ੍ਹਾਉਂਦੇ ਹੈਗੇ ਆ ਸੋ ਲੱਗ ਰਿਹਾ ਕਿ ਹੁਣ ਫਿਊਚਰ ਬ੍ਰਾਈਟ ਜੀ ਹੈ। ਕੀ ਕਹਿਣਾ ਚਾਹੋਗੇ ਉਹ ਨਿਰਾਸ਼ ਨਰਸਾਂ ਜਿਹੜੀਆਂ ਵਿਚਾਰੀਆਂ ਕਾਫੀ ਵਾਰੀ ਆਪਣੇ ਜਿਹੜੇ ਹੈਗੇ ਆ ਰਿਜੈਕਸ਼ਨਾਂ ਲੈ ਚੁੱਕੀਆਂ ਦਿਲ ਉਹਨਾਂ ਦਾ ਦਾਸ ਹੈਗਾ ਅਗਰ ਉਹ ਓਈਟੀ ਕਰਨ ਤਾਂ ਉਹਨਾਂ ਦੇ ਲਈ ਇੱਕ ਵਧੀਆ ਨੈਟਵਰਕ ਹੈਗਾ ਕੀ ਕਹਿਣਾ ਚਾਹੋਗੇ। ਹਾਂਜੀ ਬਹੁਤ ਵਧੀਆ ਨੈਟਵਰਕ ਹੈ ਓਈਟੀ ਦਾ ਇਹ ਬਹੁਤ ਸੌਖਾ ਰਸਤਾ ਹੈ ਬਾਹਰ ਜਾਣ ਦਾ ਅਬਰੋਡ ਜਾਣ ਦਾ। ਔਰ ਕਿੱਥੇ ਜੁਆਇਨ ਕਰਨ ਉਹ
ਇੱਥੇ ਸਾਡੇ ਇੰਸਟੀਚਿਊਟ ਕੇਅਰਿੰਗ ਐਕਸਲ ਦੇ ਵਿੱਚ ਜੁਆਇਨ ਕਰਨ ਕਿਉਂਕਿ ਇੱਥੇ ਵਧੀਆ ਟੀਚਰ ਉਹਨਾਂ ਨੂੰ ਇੱਥੇ ਮਿਲਣਾ ਹੈ। ਕੇਅਰਿੰਗ ਐਕਸਲ ਤੇ ਹੈ ਵੀ ਕੇਅਰਿੰਗ ਨੇ ਬੰਦੇ ਬੰਦਾ ਮੰਨਦੇ ਹੋ ਕਿ ਡਾਕਟਰ ਸਾਰਾ ਜਿਹੜੇ ਉਹ ਸਟੈਂਗਰ ਰਹਿੰਦੇ ਨੇ, ਮੈਡਮ ਟੈਂਗਰ ਰਹਿੰਦੇ ਨੇ, ਉਹ ਹਮੇਸ਼ਾ ਪੁੱਛਦੇ ਰਹਿੰਦੇ ਨੇ ਬੇਟਾ ਕੋਈ ਡਿਫਿਕਲਟੀ ਤੇ ਨਹੀਂ ਆ ਰਹੀ, ਕੀ ਕਹਿਣਾ ਚਾਹੋਗੇ? ਕਲਾਸਿਸ ਦਾ ਮਟੀਰੀਅਲ ਵਗੈਰਾ ਸਭ ਕੁਛ ਬਹੁਤ ਵਧੀਆ, ਬਹੁਤ ਚੰਗੇ ਤਰੀਕੇ ਨਾਲ ਸਮਝ ਆਉਂਦਾ ਇੱਥੇ।